ਹਸ਼ਕਾਰ ਅਦਾਬ ਨਮਸਕਾਰ ਪੰਜਾਬੀ ਡਾਕ ਦੇ ਸਪੈਸ਼ਲ ਪੋਡਕਾਸਟ ਦੇ ਵਿੱਚ ਤੁਹਾਡਾ ਸਭ ਦਾ ਮੈਂ ਅਜੇ ਬਿੱਲਾ ਸਵਾਗਤ ਕਰਦਾ ਹੈ। ਸੋ ਅਸਲ ਦੇ ਵਿੱਚ ਦੋਸਤੋ ਮੈਂ ਆਪਣੇ ਅਜ਼ੀਜ਼ ਦੋਸਤਾਂ ਦੇ ਨਾਲ ਗੱਲਾਂ ਬਾਤਾਂ ਤੁਹਾਨੂੰ ਆਪਣੇ ਸਪੈਸ਼ਲ ਪੋਡਕਾਸਟ ਦੇ ਵਿੱਚ ਸੁਣਾਉਂਦਾ ਹੀ ਰਹਿੰਦਾ। ਸੋ ਅੱਜ ਮੈਂ ਆਪਣੇ ਹਨੀ ਸਿਕਿਉਰਿਟੀ ਗਾਰਡ ਅੰਕਲ ਨੇ ਜਿਹੜੇ ਸਾਡੇ ਔਫਿਸ ਦੇ ਉਹਨਾਂ ਨਾਲ ਗੱਲਾਂ ਬਾਤਾਂ ਕਰਨ ਦਾ ਮੇਰਾ ਵੀ ਬੜੇ ਚਿਰ ਤੋਂ ਮਨ ਸੀਗਾ ਅਤੇ ਮੈਂ ਸੋਚਦਾ ਸੀ ਕਿਉਂ ਨਾ ਆਪਾਂ ਉਹਨਾਂ ਨਾਲ ਗੱਲਾਂ ਬਾਤਾਂ ਤੁਹਾਡੇ ਤੱਕ ਪਹੁੰਚਾਈਏ ਉਹਨਾਂ ਦੀਆਂ ਗੱਲਾਂ ਬਾਤਾਂ। ਸੋ ਸਭ ਤੋਂ ਪਹਿਲਾਂ ਆਪਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਅਤੇ ਫਿਰ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਕਰਾਂਗੇ। ਹਸ਼ਕਾਲ ਅੰਕਲੀ। ਸਤਿ ਸ਼੍ਰੀ ਅਕਾਲ ਜੀ। ਠੀਕ ਹੋਈ ਅੰਕਲੀ? ਠੀਕ ਠਾਕ ਜੀ। ਅੱਛਾ ਅੰਕਲੀ, ਸਭ ਤੋਂ ਪਹਿਲਾਂ ਤਾਂ ਤੁਸੀਂ ਆਪਦਾ ਨਾਮ ਦੱਸ ਦਿਓ ਦਰਸ਼ਕਾਂ ਨੂੰ। ਮੇਰਾ ਨਾਮ ਹੈ ਤਲਵਿੰਦਰ ਸਿੰਘ ਟੌੜਾ। ਅੱਛਾ, ਕਿਹੜਾ ਪਿੰਡ ਹੈ ਤੁਹਾਡਾ? ਪਿੰਡ ਮੇਰਾ ਟੌੜਾ ਜੀ। ਟੌੜਾ ਪਿੰਡ? ਹਾਂ। ਅੱਛਾ, ਨਾਮ ਦੇ ਪਿੱਛੇ ਹੀ ਪਿੰਡ ਦਾ ਨਾਂ ਲਾਤਾ ਤੁਸੀਂ? ਹਾਂਜੀ। ਮੈਂ ਕਿਹਾ ਨਾਮ ਦੇ ਪਿੱਛੇ ਹੀ ਆਪਦੇ ਪਿੰਡ ਦਾ ਨਾਂ ਲਾਤਾ ਤੁਸੀਂ? ਹਾਂਜੀ। ਹਾਂ, ਇਹ ਉਹ ਗੱਭਰੂ ਕਹਿੰਦੇ ਪਿੰਡ ਤੋਂ ਨਾਂ ਆਪਣਾ ਪਹਿਲਾਂ ਹੀ ਰੱਖਦਾ। ਅਤੇ ਉਮਰ ਕਿੰਨੀ ਅੰਕਲ ਤੁਹਾਡੀ? ਉਮਰ ਮੇਰੀ 68 ਸਾਲ। 68 ਸਾਲ? ਅੱਛਾ ਅੰਕਲੀ, ਜਿੱਦਾਂ ਤੁਸੀਂ 68 ਸਾਲ ਦੇ ਹੋ ਗਏ ਅਤੇ ਆਪਦੀ ਜਵਾਨੀ ਦੇ ਵੇਲੇ ਜਿਹੜੇ ਤੁਸੀਂ ਕੰਮ ਕਰਦੇ ਸੀਗੇ ਉਹ ਅੱਜ ਕਿਤੇ ਨਾ ਕਿਤੇ ਯਾਦ ਕਰਦੇ ਹੋ? ਯਾਦ ਕਰਦੇ ਹਾਂ ਜੀ। ਅੱਛਾ, ਕਿੰਨੇ ਪੜ੍ਹੇ ਹੋਏ ਤੁਸੀਂ? ਮੈਂ ਮੈਟ੍ਰਿਕ। ਮੈਟ੍ਰਿਕ ਕੀਤੀ ਹੈ ਜੀ? ਮੈਟ੍ਰਿਕ ਕਿੰਨੇ ਵਿੱਚ ਕੀਤੀ ਸੀ ਤੁਸੀਂ? ਮੈਂ 1977 'ਚ। 77 ਦੇ ਵਿੱਚ ਕੀਤੀ ਸੀਗੀ? ਅਤੇ ਵਿਆਹ ਕਦੋਂ ਹੋਇਆ ਜੀ ਤੁਹਾਡਾ? ਵਿਆਹ ਮੇਰਾ 1977 'ਚ ਹੋਇਆ ਸੀ ਮੇਰਾ ਵਿਆਹ। 1977? ਅੱਛਾ, ਮੈਟ੍ਰਿਕ ਕਰਦੇ। ਅਸਲ ਦੇ ਵਿੱਚ ਕਈ ਵਾਰੀ ਹੁੰਦਾ ਨਾ, ਕਹਿੰਦੇ ਵਿਆਹ ਵਾਲੀ ਡੇਟ ਬੰਦਾ ਭੁੱਲ ਹੀ ਜਾਂਦਾ ਹੈ। ਹੁਣ ਉਹ ਤੁਸੀਂ ਸਮਝ ਗਏ ਹੋਣੇ ਹੋ, ਅੰਕਲ ਦੇ ਸਮਾਈਲ ਆ ਗਈ। ਅੱਛਾ ਅੰਕਲ, ਜਦੋਂ ਵਿਆਹ ਹੋਇਆ ਸੀਗਾ ਫਿਰ ਕੁੜੀ ਦੇਖਣ ਤੁਸੀਂ ਆਂਟੀ ਦੇਖਣ ਗਏ ਸੀਗੇ ਆਪ? ਨਹੀਂ ਜੀ, ਨਹੀਂ। ਬਿਲਕੁਲ, ਬਹੁਤ ਸਾਦੇ ਸਾਡੇ ਬੰਦੇ ਫਾਦਰ ਆਏ ਸਾਡੇ, ਉਹਨਾਂ ਲੜਕੀ ਦੇ ਫਾਦਰ ਸਾਡੇ, ਮੇਰੇ ਫਾਦਰ, ਅਸੀਂ ਬੈਠ ਕੇ ਉਹਨਾਂ ਨੇ ਗੱਲਬਾਤ ਕਰੀ ਬਸ। ਅੱਛਾ, ਜਦੋਂ ਤੁਹਾਡੇ ਸਹੁਰਾ ਸਾਹਿਬ ਆਏ ਸੀਗੇ ਕੀ ਪੁੱਛਿਆ ਸੀਗਾ ਉਹਨਾਂ ਨੇ ਤੁਹਾਨੂੰ? ਉਹਨਾਂ ਨੇ ਮੈਨੂੰ ਪੁੱਛਿਆ ਵੀ ਕੀ ਕਰੇ, ਮੈਂ ਆਪਣਾ ਅਜੇ ਪ੍ਰਾਈਵੇਟ ਕੰਮ ਕਰ ਰਿਹਾ ਸੀ। ਅੱਛਾ ਜੀ। ਹਾਂਜੀ। ਫਿਰ ਉਦੋਂ ਚਾਹ ਚੜਿਆ ਸੀ ਕਿਤੇ ਨਾ ਕਿਤੇ ਵੀ ਲੈ ਆ ਗਈ ਉਹ ਘੜੀ ਜਿਹਦਾ ਵੇਟ? ਨਾ, ਬਿਲਕੁਲ ਨਹੀਂ, ਸਾਨੂੰ ਪਤਾ ਹੀ ਨਹੀਂ ਤਾ ਬਸ। ਅੱਛਾ ਜੀ। ਹਾਂਜੀ, ਵੀ ਵਿਆਹ ਵੀ ਹੋਣਾ ਪਤਾ ਨਹੀਂ ਸੀਗਾ? ਹਾਂ, ਬਸ ਉਹਨੀ ਹੈ ਨਹੀਂ ਸੀ, ਇਹਨੇ ਅਕਲ ਹੀ ਨਹੀਂ ਸੀ ਕੱਟੇ ਸੀ। ਅੱਛਾ। ਹਾਂਜੀ, ਘਰਦਿਆਂ ਨੇ ਕਿਹਾ ਵੀ ਚੱਲ? ਘਰਦਿਆਂ ਨੇ, ਹਾਂ, ਜਦ ਮਾਂ ਬਾਪਾਂ ਨੂੰ ਬੜਾ ਚਾਅ ਹੁੰਦਾ ਤਾ, 18 ਸਾਲ ਦੀ ਹੋ, 19 ਸਾਲ ਹੋ ਗਿਆ, 20 ਸਾਲ ਹੋ ਗਿਆ, ਬੱਚਾ ਵਿਆਹ ਦਿਓ ਬਸ। ਘਰਦਿਆਂ ਨੂੰ ਐਂ ਹੋਣਾ ਵੀ ਚੱਲ ਆਇਆ ਕਾਕਾ ਤੈਨੂੰ ਚੀਜੀ ਦਵਾਈਏ ਅਤੇ ਚੀਜੀ ਉਹ ਦਵਾਤੀ ਬਸ। ਅਤੇ ਸਕੂਲ ਦੇ ਵਿੱਚ ਜਦੋਂ ਤੁਸੀਂ ਪੜ੍ਹਦੇ ਹੁੰਦੇ ਸੀਗੇ, ਹਾਂਜੀ, ਸਕੂਲ ਵਾਲੇ ਯਾਰ ਬੇਲੀ ਫਿਰ ਅੱਜ ਮਿਲਦੇ ਨੇ ਕਿਤੇ ਨਾ ਕਿਤੇ? ਨਹੀਂ, ਹੁਣ ਬਹੁਤ ਘੱਟ ਮਿਲਿਆ, ਟੀਚਰ ਮਿਲਿਆ ਇੱਕ ਦੋ ਅਤੇ ਵਿਦਿਆਰਥੀ ਨੇ। ਅੱਛਾ, ਸਕੂਲ ਦੇ ਵਿੱਚ ਜਿਹੜੀਆਂ ਅੱਜ ਕੱਲ੍ਹ ਦੀਆਂ ਸ਼ਰਾਰਤਾਂ ਤੁਸੀਂ ਆਪਣੇ ਪੋਤੀ ਪੋਤਿਆਂ ਦੇ ਵਿੱਚ ਦੇਖਦੇ ਹੋਣੇ ਹੋ, ਹਾਂਜੀ, ਆਪ ਦੇ ਵੇਲੇ ਕੀ ਸ਼ਰਾਰਤਾਂ ਕਰਦੇ ਸੀ ਤੁਸੀਂ? ਬਹੁਤ ਘੱਟ ਸ਼ਰਾਰਤਾਂ ਦੀਆਂ, ਮਾਸਟਰ ਦਾ ਦਬਕਾ ਇੰਨਾ ਤਾਂ ਬਹੁਤ ਜਲਦਾ। ਅੱਛਾ, ਕੁੱਟ ਖਾਤੀ? ਹਾਂ, ਮਾਸਟਰ ਤੋਂ ਬਹੁਤ ਜਲਦੇ ਤੇ ਕੁੱਟ ਖਾਤੀ ਦੇਖ ਕੇ? ਹਾਂ, ਕੁੱਟਦੇ ਤੇ, ਕੁੱਟਦੇ, ਹਾਂ, ਕੁੱਟਦੇ ਤੇ, ਜੇ ਕੋਈ ਕੁਐਸਚਨ ਨਹੀਂ ਆਉਂਦਾ ਤਾਂ ਕੁੱਟਦੇ ਤੇ, ਫਿਰ ਯਾਦ ਕਰਨਾ, ਫਿਰ ਉਹ ਸੁਣਾਉਂਦਾ ਦੂਜੇ ਦਿਨ। ਅੱਛਾ ਜੀ। ਹਾਂਜੀ। ਅਤੇ ਉਦੋਂ ਮਿਡ ਡੇ ਮੀਲ ਹੁੰਦਾ ਸੀਗਾ ਸਕੂਲਾਂ ਦੇ ਵਿੱਚ? ਹਾਂਜੀ, ਮਿਡ ਡੇ ਮੀਲ ਸਕੂਲ ਦੇ ਵਿੱਚ ਜਿਹੜੀ ਖਾਣਾ ਮਿਲਦਾ ਹੁੰਦਾ ਜੀ ਆਪਾਂ ਨੂੰ ਸਰਕਾਰੀ? ਨਹੀਂ, ਸਾਡੇ ਵੇਲੇ ਨਹੀਂ ਮਿਲਦਾ ਜੀ। ਅੱਛਾ, ਤੁਹਾਡੇ ਵੇਲੇ? ਸਾਡੇ ਵੇਲੇ ਨਹੀਂ, ਅਜਾ ਘਰੋਂ ਹੀ ਲਿਆਉਣਾ ਜੇ, ਫੱਟੀ ਵਾਸਤਾ ਵੀ ਘਰੋਂ ਹੀ ਚੱਕ ਕੇ ਲੈ ਕੇ ਆਉਂਦੇ ਤੇ, ਬੋਰੀ ਨਾਲ ਲੈ ਕੇ ਆਉਂਦੇ ਤੇ ਬੈਠਣ ਵਾਸਤੇ। ਅਤੇ ਕਿਹੋ ਜਿਹੀਆਂ ਸ਼ਰਾਰਤਾਂ ਕਰਦੇ ਹੁੰਦੇ ਜੀ ਫਿਰ ਆਪਦੇ ਬਚਪਨ ਦੇ ਵਿੱਚ? ਸ਼ਰਾਰਤ ਬਸ ਮਾੜੀ ਮੋਟੀ ਬੱਚਿਆਂ ਨਾਲ ਲੜਾਈ ਝਗੜਾ, ਜਾਂ ਕੋਈ ਮਾੜੀ ਮੋਟੀ ਛੋਟੀ ਸ਼ਰਾਰਤ, ਵੱਡੀ ਸ਼ਰਾਰਤ ਨਹੀਂ ਜੀ ਕਰਦੇ। ਅੱਛਾ, ਵੱਡੀ ਸ਼ਰਾਰਤ? ਹਾਂ, ਬਸ ਖੇਲ ਤੱਕ ਜ਼ਿਆਦਾ ਰਹਿੰਦਾ ਤਾਂ ਵੀ ਖੇਲੀਏ। ਕਿਹੜੀਆਂ ਕਿਹੜੀਆਂ ਖੇਡਾਂ ਖੇਡਦੇ ਹੁੰਦੇ ਸੀ ਤੁਸੀਂ? ਮੈਂ ਬਾਸਕਟਬਾਲ। ਠੀਕ ਹੈ ਜੀ। ਵਾਲੀਬਾਲ? ਵਾਲੀਬਾਲ, ਵਾਲੀਬਾਲ ਮੇਰੀ ਉਹ
ਮੇਨ ਗੇਮ ਹੈ। ਅੱਛਾ ਜੀ, ਵਾਲੀਬਾਲ ਬਹੁਤ ਖੇਡਦੇ, ਹੁਣ ਵੀ ਖੇਡਦੇ ਹੋ? ਫਿਰ ਹੁਣ ਵੀ ਖੇਡਦੇ ਹਾਂ ਜੀ। ਕਿੱਥੇ ਖੇਡਦੇ ਜੀ? ਹੁਣ ਬਾਹਰ ਜਿੱਥੇ ਮੁੰਡੇ ਖੇਡਦੇ ਨੇ ਬਿੱਲ ਲੈ ਕੇ ਲੈ ਜਾਂਦੇ, ਬਾਬਾ ਜੀ ਆ ਜਾਓ 10 ਮਿੰਟ। ਹਾਂ, ਫਿਰ ਖੁਸ਼ ਹੋ ਜਾਂਦੇ ਨੇ ਬਹੁਤ ਮੁੰਡਿਆਂ ਨੂੰ, ਕਹਿੰਦੇ ਹੁਣ ਵੀ ਜ਼ੋਰ ਹੈਗਾ। ਹਾਂ ਹਾਂ, ਫਿਰ ਮੁੰਡਿਆਂ ਦੇ ਪੂਰਾ ਬਾਬਾ ਜੀ ਰੋਜ਼ ਕਹਿੰਦੇ ਆ ਜਾਓ, ਜੇ ਮੈਂ ਜਾਣਾ ਆਵਾਜ਼ਾਂ ਮਾਰਨ ਲੱਗ ਜਾਂਦੇ ਨੇ, ਬਾਬਾ ਜੀ ਆ ਜਾਓ ਸਾਡੇ ਕੋਲ 15 ਮਿੰਟ ਖੇਲੋ। ਅੱਛਾ ਜੀ, ਹਾਂਜੀ। ਫਿਰ ਅੱਜ ਕੱਲ੍ਹ ਜਿਹੜੇ ਤੁਹਾਡੇ ਪੋਤੀ ਪੋਤੇ ਕਿੰਨੇ ਨੇ ਪਹਿਲਾਂ ਤਾਂ ਮੈਨੂੰ? ਹਾਂਜੀ, ਕਿੰਨੇ ਪੋਤੀ ਪੋਤੇ ਨੇ ਤੁਹਾਡੇ? ਤੁਹਾਡੇ ਮੁੰਡੇ ਦੇ ਕਿੰਨੇ ਜਵਾਕ ਨੇ ਜੀ? ਮੇਰੇ 2 ਬੇਟੇ ਹੈ, ਹਾਂ, ਇੱਕ ਲੜਕੀ ਹੈ। ਅੱਛਾ ਜੀ, 2 ਬੇਟੇ ਵਿਆਹੇ ਹੋਏ ਆ, ਇੱਕ ਕੋਚ ਲੱਗਿਆ ਵਾ। ਅੱਛਾ ਜੀ, ਤੇ ਇੱਕ ਬੈਂਕ ਚ ਲੱਗਿਆ ਵਾ। ਠੀਕ ਹੈ ਜੀ, ਲੜਕੀ ਵਿਆਹੀ ਹੋਈ ਹੈ। ਠੀਕ ਹੈ ਜੀ, ਹਾਂਜੀ। ਤੇ ਅੱਗੇ ਤੁਹਾਡੇ ਬੇਟਿਆਂ ਦੇ ਅੱਗੇ ਕਿੰਨੇ ਬੱਚੇ ਨੇ ਜੀ? ਉਹਨਾਂ ਕੋਲ 2 ਵੱਡੇ ਕੋਲ ਮੁੰਡਾ ਲੜਕੀ ਹੈ, ਛੋਟੇ ਬੇਟੇ ਕੋਲ ਮੇਰੇ ਕੋਲ 2 ਬੇਟੇ ਹੈ। ਤੇ ਜਦੋਂ ਤੁਸੀਂ ਆਂਟੀ ਜੀ ਨੂੰ ਪਹਿਲੀ ਵਾਰ ਦੇਖਿਆ ਸੀ, ਵਿਆਹ ਕੇ ਲੈ ਕੇ ਆਏ ਸੀਗੇ, ਫਿਰ ਤੁਸੀਂ ਐਂ ਕਿਹਾ ਸੀ ਵੀ ਸੱਚੀ ਹੈ ਮੇਰੇ ਨਾਲ ਵਿਆਹੀ ਆ? ਉਹ ਤਾਂ ਫਿਰ ਹੁੰਦਾ ਹੀ ਹੈ, ਤੁਹਾਨੂੰ ਪਤਾ ਹੀ ਹੈ, ਚਾਅ ਜਾ ਤੇ ਬੰਦੇ ਨੂੰ ਕਿਹਾ ਤਾਂ ਹੁੰਦਾ ਹੀ ਹੈ। ਕਿੰਨਾ ਕੁ ਚਾਅ ਚੜਿਆ ਸੀ ਫਿਰ ਬਹੁਤ ਪਹਿਲੇ? ਜ਼ਿਆਦਾ ਕੀ ਕਿਹਾ ਸੀ ਆਂਟੀ ਜੀ ਨੂੰ ਪਹਿਲੇ ਦਿਨ? ਤੁਸੀਂ ਕਿਹਨੂੰ ਕਿਹਾ? ਆਂਟੀ ਜੀ ਨੂੰ ਕੀ ਕਹਿ ਕੇ ਬੁਲਾਉਂਦੇ ਹੋ ਤੁਸੀਂ? ਅਸੀਂ ਉਹਨਾਂ ਨਾਲ ਲੈ ਕੇ ਬੁਲਾਉਂਦੇ ਹਾਂ। ਪਿਆਰ ਪਿਆਰ ਦੇ ਵਿੱਚ ਕੀ ਕਹਿੰਦੇ? ਪਿਆਰ ਨਾਲ ਮਨਜੀਤ ਕੌਰ। ਅੱਛਾ ਜੀ, ਫਿਰ ਆਂਟੀ ਜੀ ਪਿਆਰ ਕਰਦੇ ਨੇ? ਹਾਂ, ਰੋਟੀ ਦਿੰਦੇ ਨੇ? ਹੁਣ ਵੀ ਹਾਂ। ਅੱਛਾ, ਫਿਰ ਜਦੋਂ ਆਂਟੀ ਜੀ ਗੁੱਸੇ ਹੁੰਦੇ ਨੇ, ਹਾਂ, ਫਿਰ ਤੁਸੀਂ ਕਿੱਦਾਂ ਮਨਾਉਂਦੇ ਹੋ ਉਹਨਾਂ ਨੂੰ? ਬਸ ਆਪੇ ਮਿਲ ਜਾਂਦੇ ਆ, 2-4 ਦਿਨਾਂ ਬਾਅਦ ਗੁੱਸਾ ਠੰਡਾ ਹੋ ਜਾਂਦਾ ਹੈ, ਆਪੇ ਮਿਲ ਜਾਂਦੇ ਆ। ਬਸ ਲੜਦੇ ਨੇ ਜ਼ਿਆਦਾ? ਲੜਦੇ ਲੜਦੇ ਵੀ ਆ। ਕੀ ਕਹਿੰਦੇ ਨੇ ਲੜਨ ਵੇਲੇ ਜਦੋਂ ਲੜਦੇ? ਬਸ ਬਸ ਮਾੜਾ ਮੋਟਾ ਗਾਲ ਪੰਜਾਬੀ 'ਚ ਨਿਕਲ ਜਾਂਦੀ ਹੈ, ਤੁਹਾਨੂੰ ਪਤਾ ਹੀ ਹੈ। ਅੱਛਾ ਜੀ, ਹੋਰ? ਅਤੇ ਫਿਰ ਆਂਟੀ ਜੀ ਦੇ ਨਾਲ ਜਦੋਂ ਗੁੱਸਾ ਕਰਦੇ ਹੋ ਤੁਸੀਂ, ਆਂਟੀ ਜੀ ਇੱਦਾਂ ਨਹੀਂ ਕਹਿੰਦੇ ਵੀ ਊਂ ਤਾਂ ਤੂੰ ਮੈਨੂੰ ਕਹਿੰਦਾ ਵੀ ਮੈਨੂੰ ਪਿਆਰ ਕਰਦਾ, ਹੁਣ ਤੂੰ ਮੇਰੇ ਨਾਲ ਲੜਨ? ਨਹੀਂ ਨਹੀਂ, ਇੱਦਾਂ ਨਹੀਂ, ਇੱਦਾਂ ਨਹੀਂ। ਅੱਛਾ, ਨਹੀਂ ਤਾਂ ਪੇਂਡੂ ਬੰਦੇ ਆ, ਤੁਹਾਨੂੰ ਪਤਾ ਸ਼ਹਿਰ ਹੋਰ ਹੈ, ਪੇਂਡੂ ਅਸਾਂ ਪਿੰਡਾਂ 'ਚ ਰਹਿ ਕੇ ਆਏ ਵੀ ਹਾਂ, ਫਿਰ ਪਿੰਡਾਂ ਵਾਲਾ ਮਾਹੌਲ ਹੈ ਸਾਡਾ। ਅੱਛਾ ਅੰਕਲ ਜੀ, ਪਿੰਡ ਹੁਣ ਤੁਸੀਂ ਸ਼ਹਿਰ ਦੇ ਵਿੱਚ ਜਿੱਦਾਂ ਨੌਕਰੀ ਕਰ ਰਹੇ ਹੋ, ਹਾਂਜੀ, ਪਿੰਡ ਦਾ ਮਾਹੌਲ ਜ਼ਿਆਦਾ ਵਧੀਆ ਕਿ ਸ਼ਹਿਰ ਦਾ ਮਾਹੌਲ? ਪਿੰਡ ਦਾ। ਪਿੰਡ ਦਾ ਹੀ? ਹਾਂਜੀ। ਕੀ ਕੀ ਗੱਲ ਪਿੰਡ ਦੀ ਖਾਸ ਲੱਗਦੀ? ਪਿੰਡ 'ਚ ਪਿਆਰ ਬਹੁਤ ਹੈ, ਅੱਛਾ, ਇੱਕ ਦੋ ਗੁਆਂਢੀ ਨਾਲ ਬਹੁਤ ਪਿਆਰ ਹੈ। ਹੋਰ ਬਾਕੀ ਹੋਰ ਖੁੱਲ੍ਹਾ ਵਾਤਾਵਰਨ, ਜਿੱਥੇ ਮਰਜ਼ੀ ਜਾਓ, ਜਿੱਥੇ ਮਰਜ਼ੀ ਘੁੰਮੋ, ਕੋਈ ਰੋਕ ਨਹੀਂ, ਕੋਈ ਟੋਕ ਨਹੀਂ, ਕੋਈ ਬਾਹਰ ਸਾਥੀ ਮਿਲਦੇ ਆ, ਹੱਸ ਕੇ ਮਿਲਦੇ ਆ, ਹਾਲ ਚਾਲ ਪੁੱਛਦੇ ਆ, ਇਹ ਗੱਲ ਹੈ। ਅੱਜ ਵੀ ਫਿਰ ਯਾਰਾਂ ਦੋਸਤਾਂ ਦੇ ਨਾਲ ਜੱਕੜ ਮਾਰਦੇ ਆਪਣੇ ਪਿੰਡ ਦੇ? ਨਹੀਂ, ਹੁਣ ਨਹੀਂ, ਹੁਣ ਹੁਣ ਬੀਜੀ ਤਾਂ ਤੁਹਾਨੂੰ ਏਜ ਬਹੁਤ, ਆਪਣਾ ਘਰ ਦਾ ਕੰਮ ਜਾਂ ਬਾਹਰ ਸ਼ਹਿਰ, ਉਹ ਤੋਂ ਬਾਅਦ ਗੁਰੂ ਘਰ, ਅੱਛਾ, ਸੇਵਾ ਕਰਕੇ ਮਾੜਾ ਮੋਟਾ ਆ ਜਾਂਦੇ। ਜਦੋਂ ਤੁਸੀਂ ਆਪਦੇ ਵਿਆਹ ਦੇ ਵਿੱਚ ਗਏ ਸੀਗੇ ਵਿਆਹੁਣ ਵਾਸਤੇ ਆਂਟੀ ਜੀ ਨੂੰ, ਬਰਾਤ ਕਿੱਦਾਂ ਗਈ ਸੀ ਤੁਹਾਡੀ? ਸਾਡੀ ਸਿੰਪਲ ਬਰਾਤ ਗਈ ਸੀ, ਬੱਸ 'ਚ ਗਏ ਸੀ। ਅੱਛਾ ਜੀ, ਹਾਂਜੀ, ਕਾਰ ਲੇਟ ਹੋ ਗਈ ਸੀ ਅਤੇ ਉਹ ਮੇਰਾ ਫਾਦਰ ਕਹਿੰਦਾ ਚੱਲ ਬੇਟੇ ਬੈਠ ਬੱਸ 'ਚ, ਆਪਾਂ ਬੈਠ 'ਚ ਬੈਠ ਗਏ। ਠੀਕ ਹੈ ਜੀ, ਬਸ ਬੈਠ ਬੈਠੇ 7 ਵਜੇ ਅਸੀਂ ਚੰਡੀਗੜ੍ਹ ਪਹੁੰਚ ਗਏ। ਅੱਛਾ ਜੀ, �ਠੀਕ ਹੈ ਜੀ, ਹਾਂਜੀ, ਚੰਡੀਗੜ੍ਹ ਵਾਲੀ? ਚੰਡੀਗੜ੍ਹ, ਹਾਂ, ਚੰਡੀਗੜ੍ਹ 70 ਸੈਕਟਰ 'ਚ। ਅੱਛਾ, 70 ਸੈਕਟਰ ਦੇ ਵਿੱਚ ਬਾਬਾ ਜੀ ਨੇ 77 ਦੇ ਵਿੱਚ ਚੰਡੀਗੜ੍ਹ ਦੀ ਲੈ ਕੇ ਆਏ ਨੇ, ਦੇਖ ਲਓ 77 ਦੇ ਵਿੱਚ ਤੁਸੀਂ ਆਸ਼ਕੀ ਕਰ ਲਈ ਹੈ ਚੰਡੀਗੜ੍ਹ ਦੀ। ਹਾਂਜੀ, ਫਿਰ ਜਦੋਂ ਆਂਟੀ ਜੀ ਮੈਨੂੰ ਐ, ਆਂਟੀ ਜੀ ਬਾਰੇ ਥੋੜ੍ਹਾ ਜਿਹਾ ਦੱਸੋ ਵੀ ਆਂਟੀ ਜੀ ਦਾ ਸੁਭਾਅ ਕਿਵੇਂ ਦਾ? ਬਹੁਤ ਵਧੀਆ, ਬਹੁਤ ਵਧੀਆ, ਕਿਤੇ ਕੈਮਰੇ ਕਰਕੇ ਤਾਂ ਨਹੀਂ ਕਹਿੰਦੇ? ਨਾ 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 ਨਾ, ਦੇਖ ਲਓ। ਨਾ ਨਾ ਨਾ, ਕਦੇ ਵੀ ਨਹੀਂ। ਮੈਂ 35 ਸਾਲ ਸਕਾਊਟ ਸਰਵਿਸ ਕਰੀ ਹੈ, ਇੱਕ ਦਿਨ ਵੀ ਰੋਟੀ ਤੋਂ ਬਾਅਦ ਜਾਂ ਮੈਨੂੰ ਰਾਂ ਦਿੱਤਾ, ਰੋਟੀ ਲਾ ਕੇ ਤਿਆਰ ਸਾਈਕਲ 'ਤੇ। ਹਾਂਜੀ, ਆਂਟੀ ਜੀ ਨੂੰ ਫਿਰ ਸੂਟ ਸਾਟ ਲੈ ਕੇ ਦਿੰਦੇ ਹੋ ਤੁਸੀਂ? ਹਾਂਜੀ, ਸੂਟ ਲੈ ਕੇ ਦਿੰਦੇ ਹੋ ਆਂਟੀ ਜੀ ਨੂੰ? ਹਾਂ, ਵਾਧੂ।
ਹੁਣ ਵੀ ਮਤਲਬ ਜਨਾਨੀਆਂ ਦੀ ਹੋਬੀ ਹੁੰਦੀ ਹੈ ਕੱਪੜਾ, ਜਿਹੜਾ ਅਸੀਂ ਵੀ ਲੈਂਦੇ ਹਾਂ ਉਹਨਾਂ ਨੇ ਵੀ ਲੈਣਾ ਵੀ ਮੈਨੂੰ ਸੋਹਣੇ ਸੋਹਣੇ ਸੂਟ ਦਵਾਉਂਦਾ ਰਹੀ। ਹਾਂਜੀ ਹਾਂਜੀ ਹੁਣ ਤੱਕ ਦਵਾਉਂਦੇ ਹੋ ਜੀ? ਹੁਣ ਆਪੇ ਬੱਚੇ ਵੀ ਲੈ ਕੇ ਦਿੰਦੇ ਹਾਂ, ਮੈਂ ਵੀ ਲੈ ਦਿੰਦਾ। ਅੱਛਾ ਜੀ। ਹਾਂਜੀ ਮੁੰਡੇ ਆ ਬੱਟੇ ਆਪੇ ਲਿਆਉਂਦੇ, ਨੂੰਹਾਂ ਉਹ ਲਿਆ ਦਿੰਦੀਆਂ ਨੇ, ਮੈਂ ਵੀ ਨੂੰਹਾਂ ਨੂੰ ਲਿਆ ਦਿੰਦਾ, ਕਿਆ ਪੁੱਛਣ ਲਓ ਭਾਈ ਲੈ। ਠੀਕ ਹੈ ਜੀ। ਹਾਂਜੀ ਅਤੇ ਨੂੰਹਾਂ ਬਹੁਤ ਲੈ ਗਿਆ ਮੇਰੀਆਂ ਦੋਏ। ਅੱਛਾ ਜੀ। ਹਾਂਜੀ ਪਿਆਰ ਬੇਟੀਆਂ ਬਹੁਤ ਜ਼ਿਆਦਾ ਬੇਟੀਆਂ ਨੂੰ ਰੱਖਦੇ ਐਨ ਬਹੁਤ ਪਿਆਰ। ਹਾਂਜੀ। ਅਤੇ ਇੱਕ ਮੈਨੂੰ ਗੱਲ ਦੱਸੋ, ਬਚਪਨ ਦੀ ਕੋਈ ਅਜਿਹੀ ਗੱਲ ਜਿਹੜੀ ਅੱਜ ਵੀ ਚੇਤੇ ਕਰਦੇ ਹੋ ਤੁਸੀਂ? ਹੁਣ ਹਾਂ ਜੀ ਬਚਪਨ ਤਾਂ ਬਹੁਤ ਗੱਲਾਂ ਹੋਈਆਂ ਨਾ, ਬਚਪਨ ਦਾ ਕੀ ਹੈ, ਨਹੀਂ ਬਚਪਨ ਤਾਂ ਪਤਾ ਹੀ ਨਹੀਂ ਲੱਗਦਾ ਆਪਾਂ ਨੂੰ, ਬਸ ਧਿਆਨ ਹੀ ਉੱਧਰ ਰਹਿੰਦਾ, ਕੋਈ ਸ਼ਰਾਰਤ ਵਾਲਿਆ ਤਾਂ ਉੱਧਰ ਹੀ ਰੱਖੇ ਹੋਊਗਾ ਧਿਆਨ, ਏਜ ਦੇ ਮੁਤਾਬਕ ਬੰਦਾ ਫਿਰ ਢਲੀ ਜਾਂਦਾ। ਠੀਕ ਹੈ ਜੀ। ਹੈ ਜਵਾਨੀ 'ਚ ਕੁਛ ਹੁੰਦਾ, ਬੁਢਾਪੇ 'ਚ ਫਿਰ ਕੁਛ ਹੋਰ ਹੋ ਜਾਂਦਾ। ਇੱਦਾਂ ਜੀ ਜਿੱਦਾਂ ਹੁਣ ਮੈਂ ਤੁਹਾਡੇ ਸਾਹਮਣੇ ਹਾਂ, ਬੈਠਾ ਹੁਣ ਹਾਵੇ ਤੈਨੂੰ, ਤੂੰ ਮੇਰਾ ਬੇਟਾ ਹੀ ਲੱਗਿਆ। ਹਾਂ ਜੀ ਹਾਂ। ਅਤੇ ਜਿਵੇਂ ਹੁਣ ਮੈਂ ਆਉਂਦਾ, ਮੈਂ ਸ਼ਰਾਰਤੀ ਜਿਹਾ ਜਵਾਕ ਹਾਂ, ਫਿਰ ਤੁਸੀਂ ਕਿਤੇ ਨਾ ਕਿਤੇ ਰਿਲੇਟ ਕਰਦੇ ਹੋ, ਮੈਂ ਵੀ ਆਪਦੀ ਜਵਾਨੀ ਦੇ ਵਿੱਚ ਇੱਦਾਂ ਸ਼ਰਾਰਤੀ ਤਾਂ ਯਾਦ ਆਉਂਦਾ। ਹਾਂ ਵੀ ਮੈਂ ਵੀ ਕੋਈ ਸ਼ਰਾਰਤ ਕਰੀ ਆ, ਕਰਦਾ ਬੰਦਾ ਹਰ ਇੱਕ ਕਰਦਾ, ਕੋਈ ਕਿਹੜਾ ਨਹੀਂ ਕਰਦਾ। ਠੀਕ ਹੈ ਜੀ। ਕੋਈ ਅਣਜਾਣ ਹੋ ਜਾਂਦੀ ਹੈ ਇਹ। ਫਿਰ ਆਪਦੇ ਮੰਮਾ ਮਾਤਾ ਕੋਲੋਂ ਕਿੰਨੀ ਕੁ ਕੁੱਟ ਪਈ ਤੁਹਾਨੂੰ? ਮੈਨੂੰ? ਹਾਂ ਜੀ ਮੇਰੀ ਮਾਤਾ ਨੇ ਮੈਨੂੰ ਇੱਕ ਵਾਰ ਕੁੱਟਿਆ ਸੀ, ਮੈਂ ਪੜ੍ਹਿਆ ਨਹੀਂ ਸੀ, ਪੜ੍ਹਨ ਨਹੀਂ ਜਾਂਦਾ। ਠੀਕ ਹੈ ਜੀ। ਬਸ ਮੈਂ ਗੋਲੀਆਂ ਖੇਡਦਾ ਸੀ, ਮੈਂ ਤਾਂ ਗੋਲੀਆਂ ਖੇਡਣਾ ਜਾਵਾਂਗਾ। ਠੀਕ ਹੈ ਜੀ। ਅਤੇ ਉਹ ਕਹਿੰਦੀ ਪੜ੍ਹ, ਅਤੇ ਫਾਦਰ ਮੇਰੇ ਵਿੱਚ ਸਰਵਿਸ ਕਰਦੀ ਸੀ ਪਟਿਆਲੇ ਯੂਨੀਵਰਸਿਟੀ। ਠੀਕ ਹੈ ਜੀ। ਅਤੇ ਮੈਂ ਪੜ੍ਹਦਾ ਨਹੀਂ ਤਾਂ ਉਹਨੇ ਮੈਨੂੰ ਕੁੱਟਿਆ, ਮੈਂ ਫਿਰ ਨਹੀਂ, ਹੁਣ ਇੱਕ ਵਾਰ ਕੁੱਟਿਆ। ਕੁੱਟ ਖਾਤੀ? ਹਾਂਜੀ। ਕਿਤੇ ਨਾ ਕਿਤੇ ਕੁੱਟੋ ਅੱਜ ਕੰਮ ਆ ਰਹੀ ਹੋਣੀ ਹੈ ਤੁਹਾਡਾ ਵਾਧੂ, ਹੁਣ ਅਸੀਂ ਯਾਦ ਕਰ ਲੈਂਦੇ ਹਾਂ। ਮੰਮੀ ਨੂੰ ਯਾਦ ਮੈਟਰ ਇਹ ਕਰੀਏ ਵੀ ਜੇ ਥੋੜ੍ਹਾ ਹੋਰ ਅਸੀਂ ਪੜ੍ਹ ਲੈਂਦੇ ਤਾਂ ਹੋਰ ਵਧੀਆ। ਬਾਕੀ ਮੰਮੀ ਦੀ ਯਾਦ ਆਉਂਦੀ ਯਾਰ? ਹਾਂਜੀ। ਮਾਤਾ ਦੀ ਯਾਦ? ਮਾਤਾ ਦੀ ਡੈਥ ਹੋ ਗਈ। ਯਾਦ ਆਉਂਦੀ? ਹਾਂ ਵਾਧੂ। ਕਿੰਨਾ ਕੁ ਪਿਆਰ ਕਰਦੇ ਜੀ? ਬਹੁਤ ਜ਼ਿਆਦਾ। ਕਿੰਨਾ ਨਾਲ ਜ਼ਿਆਦਾ ਪਿਆਰ ਸੀ, ਮੰਮੀ ਨਾਲ ਕਿ ਪਾਪਾ ਨਾਲ? ਡੈਡੀ ਨਾਲ। ਡੈਡੀ ਨਾਲ? ਹਾਂ। ਹਾਂ ਫਿਰ ਪੈਸੇ ਮਿਲ ਜਾਂਦੇ ਜੀ, ਪੈਸੇ ਦੇ ਦਿਓ ਪੈਸੇ। ਪੈਸੇ ਵੀ ਘੱਟੇ ਮਿਲਦੇ, ਜਿੱਦਾਂ ਸਮਾਂ ਹੀ ਤਨਖਾਹਾਂ ਘੱਟਦੀਆਂ, ਪੈਸੇ ਵੀ ਘੱਟ ਮਿਲਦੇ ਤੇ ਮਿਲਦੇ ਜ਼ਰੂਰ ਤੇ ਪਰ ਘੱਟ ਮਿਲਦੇ ਤੇ। ਕਿੰਨੇ ਕੁ ਪੈਸਿਆਂ 'ਚ, ਕਿੰਨੇ ਕੁ ਪੈਸੇ ਮਿਲਦੇ ਸੀਗੇ? ਬਸ 5-10 ਰੁਪਏ ਮਿਲ ਜਾਂਦੇ ਤੇ ਪੈਸੇ, ਉਦੋਂ ਤੋਂ 5-10 ਰੁਪਏ ਬਹੁਤ ਲੱਗਦੇ। ਹਾਂਜੀ ਹਾਂਜੀ। ਮੇਲੇ ਚੱਲਦੇ ਹੁੰਦੇ ਸੀ, ਮੇਲਾ ਦੇਖ ਆਉਂਦਾ ਸੀ, ਡਗਾਉਂਦੇ ਦਾ ਮੇਲਾ ਸਾਡੇ ਨਾਲ ਹੀ ਭਰਦਾ ਤਾਂ ਬਹੁਤ ਵਧੀਆ, ਉੱਥੇ ਘੋਲ ਹੁੰਦੇ ਤੇ ਕਬੱਡੀ ਹੁੰਦੀ ਸੀ, ਬਸ ਦੇਖਣ ਚਲੇ ਜਾਂਦੇ ਤੇ। ਇੱਕ ਚਨਾਥਲ ਕਲਾਂ ਸਾਡੇ ਨਾਲ ਹੈ, ਇੱਥੇ ਬਹੁਤ ਕਬੱਡੀ ਦਾ ਮੈਚ, ਬਹੁਤ 1st ਮੈਚ ਚੱਲਦੇ ਸੀ ਇੱਥੇ। ਕਿਤੇ ਫਿਰ ਦੇਖ ਕੇ ਖੇਡਣ ਦਾ ਦਿਲ ਨਹੀਂ ਕਰਦਾ ਜੀ ਵੀ ਮੈਂ ਵੀ ਖੇਡ ਲਾਂ? ਅਸੀਂ ਖੇਡਿਆਂ ਕਬੱਡੀ ਖੇਡੀਆਂ, ਖੇਡਦੇ ਸੀ। ਹਾਂਜੀ ਕਬੱਡੀ ਖੇਡੀ? ਹਾਂਜੀ ਹਾਂ ਕਬੱਡੀ ਖੇਡੀ ਆ ਮੈਂ। ਬਾਬਾ ਜੀ ਆਲਰਾਊਂਡਰ ਰਹੇ ਨੇ, ਬਾਸਕਟਬਾਲ ਕਬੱਡੀ ਸਾਰਾ ਕੁਝ ਖੇਡੀ ਜਾਂਦੇ ਨੇ। ਅੱਛਾ ਬਾਬਾ ਜੀ ਇੱਕ ਗੱਲ ਦੱਸੋ, ਜਿੱਦਾਂ ਪੰਜਾਬ ਤੁਸੀਂ ਮੇਰੇ ਤੋਂ ਪਹਿਲਾਂ ਦੇਖਿਆ ਸੀਗਾ, ਹਾਂਜੀ, ਵੀ ਪੰਜਾਬ ਦੇ ਇੱਦਾਂ ਦੇ ਹਾਲਾਤ ਹੁੰਦੇ ਸੀਗੇ, ਪੰਜਾਬ ਪਹਿਲਾਂ ਵਾਲਾ ਜ਼ਿਆਦਾ ਸੋਹਣਾ ਸੀਗਾ ਹੁਣ ਵਾਲਾ ਜ਼ਿਆਦਾ? ਪਹਿਲਾਂ ਵਾਲਾ ਸੋਹਣਾ ਸੀ, ਪਹਿਲਾਂ ਵਾਲਾ ਜ਼ਿਆਦਾ। ਅੱਛਾ ਜੀ। ਕੀ ਕੀ ਲੱਗਦਾ ਤੁਹਾਨੂੰ ਤਬਦੀਲੀ ਆ ਗਈ? ਪਹਿਲਾਂ 'ਚ ਇਮਾਨਦਾਰ ਬਹੁਤ ਸੀ। ਅੱਛਾ ਜੀ। ਹਾਂਜੀ ਠੀਕ ਹੈ ਜੀ। ਹੋਰ ਕੋਈ ਰਸਤੇ ਕੋਈ ਵਾਰਦਾਤ ਕੋਈ ਘੱਟ ਹੁੰਦੀ ਸੀ ਕੋਈ ਵੀ ਕਰ? ਅਤੇ ਜਿਹੜੇ ਪੰਜਾਬ ਦੇ ਵਿੱਚ ਮੇਲੇ ਲੱਗਦੇ ਨੇ, ਮੇਲੇ ਲੱਗਦੇ ਨੇ ਜਿਹੜੇ ਪੰਜਾਬ ਦੇ, ਪੰਜਾਬ ਦੇ ਪਹਿਲਾਂ ਵਾਲੇ ਮੇਲੇ ਜ਼ਿਆਦਾ ਵਧੀਆ ਕਿ ਹੁਣ ਵਾਲੇ? ਪਹਿਲਾਂ ਵਾਲੇ ਵਧੀਆ ਸੀ। ਅੱਛਾ ਜੀ। ਤੁਰ ਕੇ ਜਾਣਾ, ਸਾਈਕਲਾਂ 'ਤੇ ਜਾਣਾ। ਠੀਕ ਹੈ ਜੀ। ਹਾਂ ਕਹੋ ਕਹੋ ਦੂਰ ਚਲੇ ਜਾਂਦੇ ਹੁਣ ਤਾਂ ਤੁਹਾਨੂੰ ਪਤਾ ਹੀ ਆ, ਹੁਣ ਤਾਂ ਨਵੇਂ ਨਵੀਆਂ ਗੇਮਾਂ ਚੱਲੀਆਂ, ਨਵੇਂ ਨਵੇਂ 1.5 ਘੰਟੇ 2 ਘੰਟੇ 'ਚ ਮੇਲਾ ਨਿਕਲ ਜਾਂਦਾ, ਉਹ ਸਾਰੀ ਦਿਹਾੜੀ ਲੱਗ ਜਾਂਦੀ ਸੀ ਮੇਲਾ ਦੇਖਣ 'ਤੇ, ਤੁਰ ਕੇ ਜਾਂਦੇ ਤੇ ਫਿਰ ਜਦੋਂ ਬੰਦਿਆਂ ਨੂੰ ਦੇਖਣਾ ਕਬੱਡੀ ਦੇਖਣਾ, ਝਾਕੀਆਂ ਨਿਕਲਦੀਆਂ ਸਾਡੇ ਚਨਾਥਲ ਬਹੁਤ ਵਧੀਆ, ਉਹ ਝਾਕੀਆਂ ਦੇਖ ਕੇ ਆਉਣੀਆਂ, ਉਹ ਹੁਣ
ਹੁਣ ਵੀ ਨਿਕਲਦੀਆਂ ਨੇ ਉੱਥੇ, ਪਰ ਮੈਂ ਹੁਣ ਗਿਆ ਨਹੀਂ ਕਦੇ। ਅੱਛਾ ਜੀ, ਹੁਣ ਗਿਆ ਨਹੀਂ। ਹੁਣ ਫਿਰ ਕਦੋਂ ਜਾਓਗੇ ਜੀ ਦੁਬਾਰਾ? ਹੁਣ ਦੇਖੋ ਕਦੇ ਟਾਈਮ ਲੱਗਿਆ ਫਿਰ ਜਾਵਾਂਗੇ। ਅੱਛਾ ਜੀ, ਹਾਂਜੀ। ਤੇ ਪਿੰਡ ਦੇ ਜਦੋਂ ਮੇਲੇ ਦੇ ਵਿੱਚ ਜਾਂਦੇ ਹੁੰਦੇ ਸੀਗੇ ਤੁਸੀਂ ਮੇਲਾ ਵੇਖਣ ਦੇ ਵਾਸਤੇ, ਹਾਂਜੀ, ਕੀ ਖਾਣਾ ਪਸੰਦ ਕਰਦੇ ਸੀ ਉੱਥੇ? ਉੱਥੇ ਜ਼ਿਆਦਾਤਰ ਮਠਿਆਈ ਬਹੁਤ ਘੱਟ ਹੁੰਦੀ ਸੀ, ਲੱਡੂ ਅਤੇ ਮਠਿਆਈ ਦੋ ਚੀਜ਼ਾਂ ਹੁੰਦੀਆਂ ਨੇ ਬਸ, ਜਾਂ ਪਕੌੜੇ ਪਿਆਜ਼ ਦੇ ਆਲੂਆਂ ਦੇ, ਇਹ ਪਕੌੜੇ ਚੱਲਦੇ ਸੀ, ਜਾਂ ਫਲ ਅਮਰੂਦ ਅੰਬ ਇਹ ਚੱਲਦੇ ਸੀ। ਟੀ ਵੀ ਦੇਖਦੇ ਹੁੰਦੇ ਸੀ ਤੁਸੀਂ ਆਪਦੇ ਸਮੇਂ ਦੇ ਵਿੱਚ? ਪਹਿਲਾਂ ਦੇਖਿਆ ਜੀ, ਹੁਣ ਨਹੀਂ। ਉਦੋਂ ਟੀ ਵੀ ਐਂਟੀਨੇ ਵਾਲੇ ਆਉਂਦੇ ਸੀਗੇ, ਜਦ ਤਾਂ ਉਹ ਰੇਡੂਏ ਚੱਲਦੇ ਹੁੰਦੇ ਸੀ ਜੀ, ਰੇਡੂਏ, ਹਾਂਜੀ, FM ਚੱਲਦਾ ਹੁੰਦਾ ਪਟਿਆਲੇ ਵਾਲਾ ਬਸ ਜ਼ਿਆਦਾ। ਫਿਰ ਉਸ ਤੋਂ ਬਾਅਦ ਟੀ ਵੀ ਐਂਟੀਨਾ, ਹਾਂ, ਉਸ ਤੋਂ ਬਾਅਦ ਫਿਰ ਟੀ ਵੀ ਆ ਗਏ ਉਹ ਸ਼ਟਰ ਵਾਲੇ, ਹਾਂ ਜੀ। ਫਿਰ ਉਸ ਤੋਂ ਬਾਅਦ ਫਿਰ ਨਵੇਂ LED ਹੋ ਰਹੇ ਆ। ਜਦੋਂ ਐਂਟੀਨਾ ਸੈੱਟ ਕਰਦੇ ਹੁੰਦੇ ਸੀ, ਕਰਦੇ ਸੀ ਤੁਸੀਂ ਕੋਠੇ ਚੜ੍ਹ ਕੇ ਐਂਟੀਨਾ ਸੈੱਟ ਕਰਨਾ? ਹਾਂ, ਉੱਧਰੋਂ ਫੜਨਾ ਉੱਧਰੋਂ ਫੜਨਾ, ਚੱਲ ਵੀ ਇੱਕ ਅੱਧਾ ਬੰਦਾ ਬੁਲਾ ਲੈਣਾ, ਇਹਨੂੰ ਉੱਚਾ ਹੋਰ ਕਰੋ ਜੀ, ਠੀਕ ਹੈ, ਫਿਰ ਉੱਚਾ ਕਰ ਦਿੰਦੇ ਤੇ ਫਿਰ ਘੁਮਾਉਣਾ ਉਹਨੂੰ ਵੀ ਜਲੰਧਰ ਆ ਗਿਆ ਵੀ ਉੱਥੋਂ ਹੋਏ ਤੋਂ ਆਵਾਜ਼ ਮਾਰਨੀ, ਅਜੇ ਆਇਆ ਨਹੀਂ ਵੀ ਸਾਫ਼ ਹੈ। ਕਿਹੜਾ ਐਕਟਰ ਘੈਂਟ ਲੱਗਦਾ ਸੀ ਉਦੋਂ? ਧਰਮਿੰਦਰ, ਹੇਮਾ ਮਾਲਣੀ। ਅੰਕਲ ਨੇ ਜਦੋਂ ਹੇਮਾ ਮਾਲਣੀ ਦਾ ਨਾਂ ਲਿੱਤਾ ਨਾ, ਚਿਹਰੇ 'ਤੇ ਮੁਸਕਰਾਹਟ ਜੀ ਆ ਗਈ। ਉਹ ਫਿਲਮਾਂ ਚੱਲ ਉਹੀ ਚੱਲਦੀਆਂ, ਧਾਰਮਿਕ ਫਿਲਮਾਂ ਚੱਲਦੀਆਂ ਤੀਆਂ। ਅੱਛਾ ਜੀ, ਹਾਂਜੀ। ਧਰਮਿੰਦਰ ਦਾ ਫਿਰ ਕੋਈ, ਧਰਮਿੰਦਰ ਡਿਓਲ ਜੀ ਦਾ ਫਿਰ ਕੋਈ ਇੱਕ ਆਧਾ ਡਾਇਲੋਗ ਬੋਲ ਕੇ ਦੱਸੋ ਜਿਹੜਾ ਤੁਹਾਨੂੰ ਯਾਦ ਹੋ। ਉਹੀ ਬਸ ਸ਼ੋਲੇ 'ਚ ਬੋਲਦਾ ਤਾਂ ਉਹੀ, ਬਾਕੀ ਹੋਰ ਨਹੀਂ ਦੱਸੋ। ਦੱਸੋ ਪਤਾ ਲੱਗਾ ਸ਼ੋਲੇ ਫਿਲਮ ਦਾ ਕੋਈ ਬੋਲ ਕੇ ਦੱਸੋ ਵੀ ਬਸੰਤੀ ਰਹੋ ਟੈਂਕੀ 'ਤੇ ਚੜਿਆ ਹੋਇਆ ਬਸੰਤੀ, ਬਸ ਇਹਨੂੰ ਕੁੱਤੋਗੇ ਸਾਵਣ ਮਤ ਨਾਚ। ਹੋਰ ਅੰਕਲ ਜੀ, ਜਾਂਦੇ ਜਾਂਦੇ ਹੀ ਅੱਜ ਕੱਲ੍ਹ ਦੇ ਜਿਹੜੇ ਬੱਚੇ ਨੇ, ਹਾਂਜੀ, ਉਹਨਾਂ ਨੂੰ ਕੀ ਸੇਧ ਦੇਣਾ ਚਾਹੋਗੇ ਤੁਸੀਂ? ਅਸੀਂ ਤਾਂ ਇਹ ਚੀਜ਼ 'ਤੇ ਸੇਧ ਦੇਣਾ ਚਾਹੁੰਦੇ ਵੀ ਬੱਚੇ ਨਸ਼ੇ ਪੱਤੇ ਤੋਂ ਬਚਣ, ਠੀਕ ਹੈ, ਆਪਣੀ ਪੜ੍ਹਾਈ ਵੱਲ ਜ਼ੋਰ ਦੇਣ, ਗੇਮਾਂ ਵੱਲ ਧਿਆਨ ਦੇਣ, ਸਰੀਰ ਤੰਦਰੁਸਤ ਰੱਖੋ। ਠੀਕ ਹੈ ਜੀ, ਸਾਰੀ ਬਹੁਤ ਬਹੁਤ ਮਿਹਰਬਾਨੀ, ਧੰਨਵਾਦ। ਸੋ ਇਹ ਸੀਗੇ ਸਾਡੇ ਸਿਕਿਉਰਿਟੀ ਗਾਰਡ ਅੰਕਲ, ਜਿਨ੍ਹਾਂ ਨਾਲ ਗੱਲਾਂ ਬਾਤਾਂ ਕਰਕੇ ਮੈਨੂੰ ਨਜ਼ਾਰਾ ਆਇਆ। ਹਾਲੇ ਹੋਰ ਇਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ। ਮੈਨੂੰ ਇੱਦਾਂ ਲੱਗਦਾ ਵੀ ਕਿਉਂ ਨਾ ਆਪਾਂ ਛੋਟਾ ਜਿਹਾ ਤੁਹਾਡੇ ਤੱਕ ਇੱਕ ਪਹਿਲਾਂ ਪਹੁੰਚਾਇਆ ਜਾਵੇ ਐਪੀਸੋਡ, ਵਿੱਚ ਤੁਹਾਨੂੰ ਵਧੀਆ ਲੱਗਦਾ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਆ ਕਰੋ। ਅਤੇ ਹੋਰ ਆਪਾਂ ਕੀ ਪੁੱਛ ਸਕਦੇ ਹਾਂ ਇਹਨਾਂ ਕੋਲੋਂ, ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਪੱਕਾ ਦੱਸਿਓ। ਅਤੇ ਦੇਖਦੇ ਰਹੋ ਤੁਹਾਡਾ ਆਪਣਾ ਚੈਨਲ ਪੰਜਾਬੀ ਡਾਕ। ਹੁਣ ਸਾਨੂੰ ਦਿਓ ਇਜਾਜ਼ਤ, ਧੰਨਵਾਦ, ਸਤਿ ਸ਼੍ਰੀ ਅਕਾਲ, ਸ਼ਪਾਕ ਹੈ।